ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਵਿਖੇ ਬੀਤੀ ਰਾਤ ਬਜਾਜ ਸ਼ੋਅਰੂਮ ਦੇ ਮਾਲਕ ਵੱਲੋਂ ਆਪਣੇ ਹੀ ਕਰਿੰਦੇ ਗੁਰਪ੍ਰੀਤ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ DSP ਜਗਦੀਸ਼ ਛੱਤਰੀ ਅਤੇ SHO ਹਰਪ੍ਰੇਮ ਸਿੰਘ ਸਿਵਲ ਹਸਪਤਾਲ ਦਸੂਹਾ ਮੌਕੇ ਤੇ ਪਹੁੰਚ ਗਏ, ਜਿੱਥੇ ਨੌਜਵਾਨ ਗੁਰਪ੍ਰੀਤ ਸਿੰਘ ਉਡਰਾ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿਸ ਦੀ ਭਿਣਕ ਗੋਲੀ ਚਲਾਉਣ ਵਾਲੇ ਸ਼ਖਸ ਨੂੰ ਲੱਗ ਗਈ, ਜਿਸ ਦੀ ਸੂਚਨਾ ਮਿਲਦੇ ਹੀ ਦੋਸ਼ੀ ਫਰਾਰ ਹੋ ਗਿਆ। ਦਸੂਹਾ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਜਿਸ ਰਿਵਾਲਵਰ ਨਾਲ ਸ਼ੋਅਰੂਮ ਮਾਲਕ ਦੇ ਆਪਣੇ ਕਰਿੰਦੇ ਦਾ ਕਤਲ ਕੀਤਾ ਉਸ ਨੂੰ ਵੀ ਬਰਾਮਦ ਕਰ ਲਿਆ ਹੈ। ਇਸ ਸੰਬੰਧੀ ਜਦੋਂ DSP ਜਗਦੀਸ਼ ਅਤਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮੌਕੇ ਤੇ ਦੇਖੋ ਪੁਲਿਸ ਦਾ ਕੀ ਹੈ ਕਹਿਣਾ। ਕੱਲ੍ਹ ਸ਼ਾਮ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਡੈੱਡ ਬੋਡੀ ਹੋਸਪਿਟਲ 'ਤੇ ਪਹੁੰਚੀ, ਜਿੱਥੇ SHO ਦਸੂਹਾ ਮੈਂ DSP ਦਸੂਹਾ ਹੀ ਤੁਰੰਤ ਮੌਕੇ 'ਤੇ ਪਹੁੰਚ ਕੇ ਜਦੋਂ ਵੈਰੀਫਾਈ ਕੀਤਾ ਤਾਂ ਦਸੂਹਾ ਦੇ ਨੇੜੇ ਇੱਕ ਪਿੰਡ ਓਡਰ ਆ, ਉੱਥੋਂ ਦਾ ਇੱਕ ਜਿਹੜਾ 20 ਸਾਲ ਦਾ ਨੌਜਵਾਨ ਸੀ ਉਹਦੇ ਗੋਲੀ ਲੱਗੀ ਹੋਈ ਸੀ। ਜੋ ਪੜਤਾਲ ਕਰਨ ਤੋਂ ਪਾਇਆ ਗਿਆ ਕਿ ਇਹ ਇੱਥੇ ਮੋਟਰਸਾਈਕਲ ਦੀ ਏਜੰਸੀ ਹੈ ਬਜਾਜ ਦੀ, ਉੱਥੇ ਕੰਮ ਕਰਦਾ ਸੀ, ਜਿੱਥੇ ਉਹਦੇ ਮਾਲਕ ਨੇ ਪਿਆਸ਼ ਵਿੱਚ ਆ ਕੇ ਇਹਦੀ ਗੋਲੀ ਮਾਰ ਦਿੱਤੀ ਹੈ। ਸੋ ਅਸੀਂ ਇਮੀਡੀਏਟਲੀ ਪਰਚਾ ਰਜਿਸਟਰ ਕਰਕੇ ਉਸ ਤੋਂ ਬਾਅਦ ਸਪੈਸ਼ਲ ਟੀਮਾਂ ਲਗਾ ਕੇ ਜਿਹੜਾ ਮੁਜਰਮ ਹੈ ਉਹਨੂੰ ਅਸੀਂ ਅਰੈਸਟ ਕਰ ਲਿਆ, ਐਂਡ ਉਹਨੂੰ ਜਿਹੜਾ ਵੈਪਨ ਦੇ ਨਾਲ ਜਿਹੜੀ ਗੋਲੀ ਚਲਾਈ ਸੀ ਅਸੀਂ ਉਹ ਵੈਪਨ ਵੀ ਰਿਕਵਰ ਕਰ ਲਿਆ।